ਅਊਜ਼ੁ ਬਿੱਲਾਹਿ ਮਿਨ ਸ਼ੈਤਾਨਿ ਰਜੀਮ ਬਿਸਮਿੱਲਾਹਿ ਰਹਿਮਾਨਿ ਰਹੀਮ। ਤੁਸੀਂ ਵੇਖ ਰਹੇ ਜੀ ਉਕਾੜਾ ਐਨੀਮਲ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਰਾਏ ਸਾਕਬ ਅਲੀ। ਜਿਸ ਤਰ੍ਹਾਂ ਕਿ ਭਰਾਵਾਂ ਲਈ ਮਿਹਨਤ ਕੋਸ਼ਿਸ਼ ਕਰੀ ਦੀ ਹੈ, ਬਾਹਰ 'ਚ ਫਿਰ ਕੇ ਸਫ਼ਰ ਕਰਕੇ ਭਰਾਵਾਂ ਲਈ ਜਾਨਵਰ ਲੱਭੀਦੇ ਨੇ। ਬਾਕੀ ਸਾਡਾ ਕੰਮ ਹੁੰਦਾ ਤੁਹਾਨੂੰ ਜਾਨਵਰ ਵਹਾਉਣਾ, ਸਿਲੈਕਸ਼ਨ ਤੁਸੀਂ ਕਰਨੀ ਹੁੰਦੀ ਹੈ। ਇਨਸ਼ਾਅੱਲਾ ਤਾਲਾ ਕੰਮ ਇਹ ਨਹੀਂ ਵੀ ਜਾਨਵਰ ਵਹਾਉਣਾ, ਬਾਕੀ ਜਾਨਵਰ ਦੀਆਂ ਵੰਡਾਂ ਵੀ ਵੇਖੀਦੀਆਂ ਨੇ, ਕੋਈ ਕਿਸੇ ਕਿਸਮ ਦਾ ਐਬ ਮਸਲਾ ਮਸਾਇਲ ਤਾਂ ਨਹੀਂ ਹੈਗਾ। ਅਤੇ ਬਾਕੀ ਅੱਜ ਅਸੀਂ ਜਨਾਬ ਤਹਿਸੀਲ ਵਾ ਜ਼ਿਲ੍ਹਾ ਸਾਹੀਵਾਲ ਨੂਰ ਸ਼ਾਹ ਦਾ ਇਲਾਕਾ ਹੈ। ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਬੜਾ ਮੰਨਿਆ ਜਾਂਦਾ ਪੂਰੇ ਪਾਕਿਸਤਾਨ 'ਚ। ਅੱਡਾ ਗੈਂਬਰ ਅਟੈਚ ਹੁੰਦਾ ਇਹਨੂੰ, ਅੱਡੇ ਗੈਂਬਰ ਤੋਂ 12-13 ਕਿਲੋਮੀਟਰ ਰੋਡ ਦੇ ਉੱਤੇ ਹੀ ਭਾਈ ਜ਼ਫਰ ਦਾ ਡੇਰਾ, ਉਹਨਾਂ ਕੋਲ ਪਹੁੰਚੇ ਹਾਂ। ਫਰੀਜੀਅਨ ਅਤੇ ਆਸਟ੍ਰੇਲੀਅਨ ਕ੍ਰਾਸ ਗਾਏ ਬੜੇ ਵੱਡੇ ਜੋੜਾਂ ਦੀ ਹੈ। ਬਾਕੀ ਵਹਾਉਣ ਵਾਲੀ ਭਰਾਵਾਂ ਨੂੰ ਤਸੱਲੀ ਕਰਾਵਾਂਗੇ, ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਵੇ ਮਾਲਕਾਂ ਨਾਲ ਤੁਸੀਂ ਰਾਬਤਾ ਕਰਕੇ ਅਤੇ ਅਟੈਚ ਹੋ ਕੇ ਖਰੀਦਦਾਰੀ ਕਰ ਸਕਦੇ ਜੇ। ਬਾਕੀ ਅਦਬ ਇਨਸਾਨ ਕਾ ਜ਼ੇਵਰ ਹੈ, ਸਭ ਸੇ ਬਿਹਤਰ ਲੁਕਮਾ ਵੋ ਹੈ ਜੋ ਆਪਣੀ ਮਿਹਨਤ ਸੇ ਹਾਸਿਲ ਕੀਆ ਜਾਏ। ਮੁਝੇ ਦੇ ਫਕੀਰੀ ਉਸ ਸ਼ਾਨ ਕੀ ਜਿਸਕੀ ਜ਼ਮਾਨਾ ਮਿਸਾਲ ਦੇ, ਮੁਝੇ ਦੇ ਫਕੀਰੀ ਉਸ ਸ਼ਾਨ ਕੀ ਜਿਸਕੀ ਜ਼ਮਾਨਾ ਮਿਸਾਲ ਦੇ, ਮੁਝੇ ਬੇਸ਼ੁਮਾਰ ਦੌਲਤ ਕੀ ਤਲਬ ਨਹੀਂ, ਐ ਮਾਰਕ ਐ ਮੇਰੇ ਮਾਲਕ ਮੁਝੇ ਦੇ ਤੋ ਰਿਜ਼ਕੇ ਹਲਾਲ ਦੇ। ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਜਾਨਵਰ ਵਹਾਉਂਦਾ ਹੈ, ਬਾਕੀ ਜਾਨਵਰ ਮਾਸ਼ਾਅੱਲਾ ਬੜਾ ਖੂਬਸੂਰਤ ਹੈ। ਇਨਸ਼ਾਅੱਲਾ ਤਾਲਾ ਵਹਾਉਣ ਵਾਲੀ ਭਰਾਵਾਂ ਨੂੰ ਤਸੱਲੀ ਕਰਾਵਾਂਗੇ, ਅਤੇ ਬਾਕੀ ਜ਼ਾਤ ਪਾਤ ਕੀ ਇਹਦੀ ਮੈਂ ਆਪਣੇ ਭਰਾ ਕੋਲੋਂ ਹੀ ਪੁੱਛਾਂਗਾ। ਅਤੇ ਇਨਸ਼ਾਅੱਲਾ ਤਾਲਾ ਭਾਈ ਜ਼ਫਰ ਸਲਾਮ ਅਲੈਕਮ ਜਨਾਬ, ਨੰਬਰਦਾਰ ਸਾਹਿਬ ਕੀ ਹਾਲ ਨੇ, ਖੈਰੀਅਤ ਹੈ? ਅੱਛਾ ਜੀ, ਮਾਸ਼ਾਅੱਲਾ ਗਾਂ ਜਿਹੜੀ ਹੈ ਨਾ ਕੁਛ ਦਿਨ ਲੈਂਦੀ ਹੈ, ਤਿਆਰ ਹੈ ਬਿਲਕੁਲ, ਭਰਾਵਾਂ ਨੂੰ ਤਸੱਲੀਆਂ ਕਰਾਵਾਂਗੇ। ਭਾਈ ਜ਼ਫਰ ਆਓ ਹਾਂ ਨਾਲ। ਅੱਛਾ ਜੀ, ਠੀਕ ਹੋ ਗਿਆ, ਠੀਕ ਹੋ ਗਿਆ, ਵਹਾਣ ਦਿਓ ਮੈਨੂੰ ਜਾਨਵਰ। ਮਾਸ਼ਾਅੱਲਾ ਜੀ, ਆਰਡਰ ਕੁਆਲਿਟੀ ਬੜੀ ਜ਼ਬਰਦਸਤ ਹੈ, ਕਿਆ ਹੀ ਕਹਿਣੇ ਨੇ ਮਾਸ਼ਾਅੱਲਾ ਹੁਣੇ ਨਾਲ ਜਿਹੜਾ ਨਾ ਪੱਟਾਂ ਤੋਂ ਵੀ। ਬਾਕੀ ਗਾਂ ਕੁਛ ਦਿਨ ਲੈਂਦੀ ਸੂਣ 'ਚ, ਕਿੰਨੇ ਦਿਨ ਲੈਂਦੀ ਮਾਲਕਾਂ ਕੋਲੋਂ ਪੁੱਛਾਂਗੇ। ਬਾਕੀ ਜੋ ਕੁਛ ਵੀ ਹੈ ਜੀ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ, ਕਿਹੜੀ ਨਸਲ ਹੈ ਭਾਈ ਜ਼ਫਰ? ਆਸਟ੍ਰੇਲੀਅਨ ਫਰੀਜ਼ੀਅਨ ਹੈ ਜੀ। ਬਾਕੀ ਕਿੰਨੇ ਕੁ ਦਿਨ ਲੈ ਜਾਏਗੀ ਸੂਣ ਦੇ ਵਿੱਚ? ਦਸ ਦਿਨ ਲੈ ਜਾਏਗੀ? ਨਹੀਂ, ਤੁਹਾਨੂੰ ਕਿਵੇਂ ਪਤਾ 10 ਦਿਨ ਲੈ ਜਾਏਗੀ? ਹਾਂਜੀ ਹਾਂਜੀ ਬਾਈ ਜਾਨ, ਤਰੀਕ ਵਾਰ ਲਿਖਿਆ ਹੈ। ਅੱਛਾ, ਵੱਧ ਵੀ ਲੈ ਸਕਦੀ, ਦਿਹਾੜੀ ਘੱਟ ਵੀ ਲੈ ਸਕਦੀ, ਇਹ ਮੇਰੇ ਮਾਲਕ ਦੀ ਮਰਜ਼ੀ। ਹਾਂਜੀ ਬਿਲਕੁਲ ਜੀ, ਵੇਖੋ ਜੀ ਜਿਹੜੀਆਂ ਗੱਲਾਂ ਕਰਨੀਆਂ ਨੇ ਇਨਸ਼ਾਅੱਲਾ ਤਾਲਾ ਨਾ ਖਰੀਆਂ ਔਰ ਜੈਨਮਨ ਕਰਨੀਆਂ ਨੇ। ਬਾਕੀ ਕਹਿੰਦੇ ਨੇ ਕਸਮ ਖਾਣ ਨਾਲ ਜਾਂ ਝੂਠ ਬੋਲਣ ਨਾਲ ਰਿਜ਼ਕ ਵਿਕ ਜਾਂਦਾ, ਬਰਕਤ ਉੱਠ ਜਾਂਦੀ, ਠੀਕ ਹੈ ਕਿ ਨਹੀਂ? ਐਸਾ ਨਹੀਂ, ਝੂਠ ਬੋਲਣਾ। ਹਾਂਜੀ, ਅੱਲਾ ਦੇਣਾ ਰਿਜ਼ਕ ਲੈਣਾ। ਹਾਂਜੀ ਬਿਲਕੁਲ ਬਿਲਕੁਲ, ਨਸੀਬਾਂ ਦੀ ਗੱਲ ਹੈ, ਖਰਕਸ ਪਾਈ ਦੇ ਕਿਸ ਦੇ ਨਸੀਬਾਂ 'ਚ ਲੈਣੀ, ਉਹਨੇ ਝੂਠ ਨਹੀਂ ਮਾਰਨਾ। ਬਿਲਕੁਲ ਜੀ ਬਿਲਕੁਲ। ਬਾਕੀ ਜੀ ਭਰਾਵਾਂ ਨੂੰ ਇਨਸ਼ਾਅੱਲਾ ਤਾਲਾ ਇਹਦਾ ਟੁਰਨ ਫਿਰਨ ਵੀ ਵਹਾਵਾਂਗੇ, ਅਤੇ ਗੱਲਾਂ ਜਿਹੜੀਆਂ ਨੇ ਅੱਲਾ ਮੇਰੇ ਦੇ ਹੁਕਮ ਨਾਲ ਹੱਕ ਸੱਚ ਦੀਆਂ ਹੋਣਗੀਆਂ। ਬਾਕੀ ਆਰਡਰ ਕੁਆਲਿਟੀ ਤਿਆਰ ਕਰ ਰਹੀ ਹੈ, ਕਈ ਮੇਰੇ ਭਰਾ ਕਹਿੰਦੇ ਨੇ ਜੀ ਇਹ ਨਾੜਾਂ ਵੇਖ ਲਓ, ਬਾਕੀ ਮਾਸ਼ਾਅੱਲਾ ਵਾਧਿਆ ਨਜ਼ਰ ਆ ਰਹੀਆਂ ਨੇ। ਬਾਕੀ ਜੀ ਦੁੱਧ ਦੀ ਜਿਹੜੀ ਮਾਲਕਾਂ ਕੋਲੋਂ ਗਰੰਟੀ ਲਾਂਗੇ ਕੀ ਇਹਦੇ ਦੁੱਧ ਦਾ ਰਿਕਾਰਡ ਸ਼ਿਕਾਰਡ ਹੈ। ਅੱਛਾ ਜੀ ਭਾਈ ਜ਼ਫਰ, ਕੀ ਇਹਦਾ ਰਿਕਾਰਡ ਰਿਕੂਡ ਹੈ ਪਿਛਲੇ ਸੂਏ ਦਾ? ਭਾਈ ਜਾਨ, ਦੁੱਧ ਤੋਂ ਬੇਮੁੱਲੀ ਹੁੰਦੀ ਹੈ। ਅੱਛਾ, ਦੁੱਧ ਦਾ ਇਹਦਾ ਕੋਈ ਅੰਦਾਜ਼ ਨਹੀਂ ਹੁੰਦਾ ਕਿ ਜਿੰਨਾ ਖਵਾਓਗੇ ਓਨਾ ਦੁੱਧ ਲਓਗੇ। ਅੱਛਾ, ਖਵਾਏ ਨਾਲ ਦੁੱਧ ਦੇ, ਇਹ ਬੇਨਸਲੀ ਨਹੀਂ, ਨਸਲਦਾਰ ਗਾਂ ਹੈ ਬਾਈ ਜਾਨ। ਅੱਛਾ, ਕਿ ਇਹਦੇ ਵਿੱਚ ਜਿੰਨਾ ਹੀ ਖਵਾਏ ਜਾ, ਜਿੰਨਾ ਦੁੱਧ ਦਾ ਝੂਠ ਮਾਰ ਜਾ, ਓਨਾ ਵੀ ਜ਼ਿਆਦਾ ਹੈ, ਓਨਾ ਵੀ ਜ਼ਿਆਦਾ ਹੈ ਜੀ। ਦੁੱਧ ਤੋਂ ਨਸਲ ਤੋਂ ਬੇਨਸਲੀ ਨਹੀਂ ਹੈ, ਦੁੱਧ ਪੈਦਾ ਹੁੰਦਾ ਹੈ, ਆਹ ਦੇ ਖਵਾਏ ਦਾ ਦੁੱਧ ਹੁੰਦਾ ਹੈ।
ਅੱਛਾ ਤੇ ਬਾਕੀ ਕਿਨਵਾ ਇਹਨੇ ਵਾਰਾ ਯਾਨੀ ਕਿ ਸੂਆ ਕਿੰਨੇ ਕਿਨਵਾ ਇਹਨੇ ਡਿਲੀਵਰ ਕਰਨਾ ਹੈ? ਤੀਸਰਾ ਸੂਆ ਸੂ ਰਹੀ ਹੈ, ਤੀਸਰਾ ਵੇਖੀ ਪੱਕੀ ਗੱਲ ਹੈ? ਨਹੀਂ ਯਾਰ, ਇਨਸ਼ਾਅੱਲਾ ਤਾਲਾ ਤੀਸਰਾ ਸੂਆ ਹੈ, ਤੀਸਰਾ ਸੂਆ ਹੈ ਜੀ। ਬਾਕੀ ਕੋਈ ਬੰਦੇ ਹੁੰਦੇ ਨੇ ਚੌਥੇ ਸੂਬੇ ਹੋਵੇ ਤੇ ਕਹਿ ਦਿੰਦੇ ਨੇ ਜੀ ਦੂਜਾ ਨੇ ਹੈ। ਇਸ ਕਿਸਮ ਦੀ ਅੱਛਾ, ਪਹਿਲਾ ਸੂਬਾ ਵੀ ਸੂਬੇ ਤੇ ਮਲੂਮ ਆਉਂਦੀ ਜਿਵੇਂ ਤੀਸਰੇ ਸੂਬੇ। ਅੱਛਾ ਠੀਕ ਹੋ ਗਿਆ ਜੀ, ਇਹ ਤੀਸਰੇ ਸੂਬੇ ਮਲੂਮ ਆਉਂਦੀਆਂ ਹਨ ਜਦੋਂ ਪਹਿਲਾ ਸੂਬਾ ਵੀ ਸੂਬੇ, ਕਿਉਂ ਗਰਮੀ ਦੇ ਵਿੱਚ ਥੋੜੀਆਂ ਜੀ ਇਹ ਨਾਰਮਲ ਹੋ ਜਾਂਦੀਆਂ, ਕਮਜ਼ੋਰ ਹੋ ਜਾਂਦੀਆਂ ਗਰਮੀ ਦੇ ਵਿੱਚ, ਗਰਮੀ ਨਹੀਂ ਬਰਦਾਸ਼ਤ ਕਰਦੀਆਂ। ਬਾਕੀ ਮਾਲਕ ਕੋਲੋਂ ਵੀ ਪੁੱਛਿਆ ਜਨਾਬੇ ਵਾਲੀ, ਇਨਸ਼ਾਅੱਲਾ ਤਾਲਾ ਭਰਾਵਾਂ ਨੂੰ ਤਸੱਲੀਆਂ, ਅਤੇ ਹੁਣ ਤੁਹਾਨੂੰ ਇਹਦਾ ਟੁਰਨ ਫਿਰਨ ਵੀ ਵਹਾਉਂਦੇ ਹਾਂ। ਬਾਕੀ ਜੀ ਆਰਡਰ ਕੁਆਲਿਟੀ ਮਾਸ਼ਾਅੱਲਾ ਜ਼ਬਰਦਸਤ ਤਿਆਰ ਕਰ ਰਹੀ ਹੈ, ਅਜੇ ਤੀਕਰ ਜਿਹੜਾ ਨਾ ਕੁਛ ਦਿਨ ਲੈਂਦੀ ਹੈ। ਬਾਕੀ ਜੀ ਮਾਸ਼ਾਅੱਲਾ ਆਰਡਰ ਕੁਆਲਿਟੀ ਜਿਹੜਾ ਹੈ ਤਿਆਰ ਕਰ ਰਹੀ ਹੈ, ਅਤੇ ਕੋਈ 10 ਦਿਨ ਲੈ ਜਾਏਗੀ ਵਹਾਓ। ਬਾਕੀ ਮਾਸ਼ਾਅੱਲਾ ਜੀ ਇਨਸ਼ਾਅੱਲਾ ਤਾਲਾ ਬਿਸਮਿਲ੍ਲਾ ਬਿਸਮਿਲ੍ਲਾ ਵੇਖਿਆ ਜੇ ਡਰਦੀ ਤੇ ਕੋਈ ਗੱਲ ਨਹੀਂ, ਐਸੀ ਗੱਲ ਨਹੀਂ ਹੈ। ਅੱਛਾ ਅਸੀਲ ਸ਼ਰਾਫ ਹੈਗੀ ਭਾਈ ਜਾਨ, ਕੋਈ ਐਸੀ ਉਹਨੂੰ ਮਾਨਤ ਨਹੀਂ ਹੈ। ਕਰਮ ਵਾਲੇ ਭਾਵੇਂ ਬੱਚੇ ਬੈਠੇ ਜਾਵੇ, ਦਿਹਾੜੀ 3 ਵਾਰੀ ਚੋਈ ਜਾਵੇ, ਦਿਹਾੜੀ 10 ਵਾਰੀ 5 ਵਾਰੀ ਬੱਚਾ ਲਾਵੇ, ਕੋਈ ਐਸੀ ਗੱਲ ਨਹੀਂ। ਅੱਛਾ ਹਾਂਜੀ, ਭਾਵੇਂ ਜਿਹੜੇ ਪਾਸੇ ਦਿਲ ਕਰੇ ਇੱਦੇ ਬੈਠ ਜਾਓ। ਅੱਛਾ ਕੋਈ ਐਸੀ ਗੱਲ ਨਹੀਂ, ਬੱਚਾ ਬੈਠਾ ਰਹੇ, ਕੋਈ ਵੰਗੇ ਦੀ ਲੋੜ ਨਹੀਂ, ਕੋਈ ਐਸੀ ਗੱਲ। ਬਾਕੀ ਇਹ ਨਸਲਾਂ ਜਿਹੜੀਆਂ ਨੇ ਨਾ ਇਹ ਬੜੀਆਂ ਸ਼ਰੀਫ ਹੁੰਦੀਆਂ ਨੇ, ਤੇ ਕਰਮ ਵਾਲੀ ਨੂੰ ਕੋਈ ਮਮਾਨਤ ਨਹੀਂ, ਕੋਈ ਐਸੀ ਗੱਲ ਨਹੀਂ। ਥੱਲੇ ਬੱਚਾ ਬੈਠਾ, ਆ ਜਾ ਬੇਟੇ, ਆ ਜਾ। ਹਾਂਜੀ ਹਾਂਜੀ ਹਾਂਜੀ। ਬਾਕੀ ਜੀ ਮਾਸ਼ਾਅੱਲਾ ਅਸੀਲ ਸ਼ਰੀਫ ਹੈ, ਠੀਕ ਹੋ ਗਿਆ ਵੇਖ ਰਹੇ ਹਾਂ ਜੀ। ਬਾਕੀ ਕਰਮਾ ਵਾਲੀ, ਬਾਕੀ ਜੀ ਜੋ ਕੁਛ ਵੀ ਇਨਸ਼ਾਅੱਲਾ ਤਾਲਾ ਭਾਈ ਜ਼ਫਰ ਕੁਛ ਕਹਿਣਾ ਚਾਹੁੰਦੇ ਜੀ ਦੱਸੋ ਭਾਈ ਜਾਨ। ਜਿਹੜਾ ਥਲਾ ਤੁਸੀਂ ਦੇਖ ਰਹੇ ਤੇ ਕੁਛ ਵੀ ਨਹੀਂ ਹੈ। ਅੱਛਾ ਇਨਸ਼ਾਅੱਲਾ ਤਾਲਾ ਜਦੋਂ 10 ਦਿਨ ਗਾਂ ਤਿਆਰ ਹੋਈ ਸੂਈ ਤੇ ਫਿਰ ਉੱਠ ਨੂੰ ਬੈਠ ਨੂੰ ਤੰਗ ਹੋ ਜਾਏਗੀ, ਹੋ ਜਾਏਗੀ। ਔਰ ਜਿਤਨਾ ਚਿਰ ਥੱਲਿਓਂ ਦੁੱਧ ਚੋਣਾ ਨਹੀਂ, ਉਤਨਾ ਚਿਰ ਥੱਲੇ ਗਾਂ ਨਹੀਂ ਬਹਿਣਾ। ਅੱਛਾ ਜੇ ਬੈਠ ਗਈ ਤੇ ਫਿਰ ਉੱਠਿਆ ਨਹੀਂ ਜਾਣਾ, ਇਤਨਾ ਥੱਲਾਉਣਾ, ਫਿਰ ਚੋ ਕੇ ਫਿਰ ਜੇਰ ਪੈਣਾ। ਅੱਛਾ ਇੱਦਾਂ ਦੀ ਕਰਦੀ ਹੈ ਇਨਸ਼ਾਅੱਲਾ ਤਾਲਾ। ਬਾਕੀ ਜੀ ਜਿਹੜੇ ਤੁਹਾਡੇ ਲਫ਼ਜ਼ ਨੇ ਇਨਸ਼ਾਅੱਲਾ ਤਾਲਾ, ਬਾਕੀ ਅਸੀਂ ਤਾਂ ਇਹ ਜਿਹੜੀ ਨਾ ਕੈਮਰੇ ਨਜ਼ਰ ਕਰ ਰਹੇ ਹਾਂ, ਬਾਕੀ ਮੇਰੇ ਭਰਾ ਸਾਡੇ ਨਾਲ ਵੀ ਸਿਆਣੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਇਨਸ਼ਾਅੱਲਾ ਤਾਲਾ। ਬਾਕੀ ਇਹਦਾ ਮਾੜਾ ਜਿਹਾ ਟੋਰ ਕੇ ਵਹਾਓ ਨਾ ਖੁੱਲੀ ਜੀ ਕਰਕੇ ਥੋੜ੍ਹੀ ਜਿਹੀ ਜੀ। ਬਿਸਮਿਲ੍ਲਾ ਬਿਸਮਿਲ੍ਲਾ। ਹਾਂ ਬਾਕੀ ਜੀ ਮਾਸ਼ਾਅੱਲਾ ਟੁਰਨ ਫਿਰਨ ਵੀ ਭਰਾਵਾਂ ਦੇ ਸਾਹਮਣੇ, ਜੋ ਕੁਛ ਵੀ ਹੈ ਆਰਡਰ ਕੁਆਲਿਟੀ ਬੜਾ ਜ਼ਬਰਦਸਤ ਤਿਆਰ ਕਰ ਰਹੀ ਹੈ। ਕਿਸੇ ਜ਼ਬਾਨ 'ਚ ਲਿਬਾਸ ਕਿਹਾ ਜਾਂਦਾ, ਕੋਈ ਮੇਰੇ ਭਰਾ ਚੱਡਾ ਕਹਿੰਦੇ ਨੇ। ਬਾਕੀ ਇਨਸ਼ਾਅੱਲਾ ਤਾਲਾ ਭਰਾਵਾਂ ਨੂੰ ਤਸੱਲੀਆਂ ਕਰਾਵਾਂਗੇ ਵਹਾਉਣ ਵਾਲੀਆਂ, ਅਤੇ ਸੌਦਾ ਨਸੀਬਾਂ ਦਾ ਹੁੰਦਾ, ਜਿਹਦੇ ਨਸੀਬਾਂ 'ਚ ਹੈਗੀ ਇਨਸ਼ਾਅੱਲਾ ਤਾਲਾ ਉਹਨੇ ਹੀ ਖਰੀਦਦਾਰੀ ਕਰਨੀ ਪਊ। ਠੱਲੋ ਬਸ ਠੀਕ ਹੈ, ਠੱਲੋ ਠੱਲੋ। ਬਾਕੀ ਜੀ ਮਾਸ਼ਾਅੱਲਾ ਅੱਜ ਦੀ ਕੱਚੀ ਵਹਿੜ ਪਈ ਹੈ, ਬਾਕੀ ਆਰਡਰ ਕੁਆਲਿਟੀ ਬੜਾ ਜ਼ਬਰਦਸਤ ਤਿਆਰ ਕਰ ਰਹੀ ਇਨਸ਼ਾਅੱਲਾ ਤਾਲਾ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਨਸ਼ਾਅੱਲਾ ਤਾਲਾ ਇਹਨੇ ਕਵਰ ਕਰਨੀਆਂ ਨੇ। ਬਾਕੀ ਮਾਲਕ ਕਹਿੰਦੇ ਨੇ ਕਿ ਉੱਠਣੋਂ ਬੈਠਣੋ ਜਿਹੜੀ ਹੈ ਨਾ, ਉੱਠਣੋਂ ਬੈਠਣੋ ਤੰਗ ਹੋ ਜਾਂਦੀ ਹੈ। ਠੀਕ ਹੈ ਮਾਸ਼ਾਅੱਲਾ ਜੀ, ਬਾਕੀ ਵਹਾਉਣ ਵਾਲੀ ਭਰਾਵਾਂ ਨੂੰ ਤਸੱਲੀ। ਕਿਸੇ ਮੇਰੇ ਭਾਈ ਜਾਨ ਗਰਮੀ ਹੈ। ਹਾਂਜੀ ਹਾਂਜੀ ਭਾਈ ਜ਼ਫਰ, ਬਾਕੀ ਕੋਈ ਗਰਮੀ ਸ਼ਰਮੀ ਕੋਈ ਕਿਸੇ ਕਿਸਮ ਦਾ? ਹੁਣ ਜੁਲਾਈ ਦਾ ਮਹੀਨਾ ਹੈ, ਕਿੰਨੀ ਗਰਮੀ ਸਖਤ ਪੈ ਰਹੀ ਹੈ। ਹਾਂਜੀ ਇਹ ਤੁਹਾਡੇ ਕੋਲ ਹੀ ਖੜੀ ਹੈ, ਕੋਈ ਕਿਸੇ ਕਿਸਮ ਦੀ ਗਰਮੀ ਵਾਲਾ ਮਹਿਸੂਸ ਨਹੀਂ ਕਰਦੀ ਇਨਸ਼ਾਅੱਲਾ ਤਾਲਾ। ਹਾਂਜੀ ਤੇ ਦੂਸਰੇ ਨੰਬਰ 'ਤੇ ਇਹ ਗੱਲ ਹੈ ਕਿ ਜਾਨਵਰ ਖਵਾਏ ਪਿਵਾਏ ਨਾਲ ਆਉਂਦੀ ਹੈ, ਪਾਵਰ ਬਣਦੀ ਹੈ ਅਤੇ ਮਾੜੇ ਬੰਦੇ ਆ ਬਾਈ ਜਾਨ, ਸਾਥੋਂ ਖਿਲਾਇਆ ਨਹੀਂ ਜਾਂਦਾ। ਅੱਛਾ
ਜੋ ਆਣਾ ਅਸਾਂ ਪਾ ਦੇਣਾ, ਇਹਨੂੰ ਗਾਹ ਪਾ ਦੇਈਏ, ਵੰਡਾ ਨਹੀਂ ਅਸਾਂ ਕਦੀ ਪਾਇਆ। ਅੱਛਾ, ਜੋ ਗਰਮੀ ਦਾ ਮੌਸਮ ਹੈ ਇਹ ਜ਼ਿਆਦਾ ਗਰਮੀ ਕਰਦੇ ਹਾਂ, ਲੇਕਿਨ ਇਸ ਟਾਈਮ ਇਹਨੂੰ ਕੋਈ ਕਰਮ ਵਾਲੇ ਨੂੰ ਕੋਈ ਮਮਾਨਤ ਨਹੀਂ, ਕੋਈ ਗਰਕਾ ਨਹੀਂ, ਕੋਈ ਗੱਲ ਨਹੀਂ। ਹਾਂਜੀ ਠੀਕ ਹੈ। ਅੱਛਾ ਜੀ, ਬਾਕੀ ਤੁਹਾਡੇ ਬਕੌਲ ਹੀ ਇਨਸ਼ਾਅੱਲਾ ਤਾਲਾ ਲੈ ਚਲੋ ਇਹਨੂੰ, ਬਕਾਇਆ ਗਰਮੀ ਜਿੰਨੀ ਹੋ ਜਾਵੇ ਮੇਰੀ ਗਰਮੀ ਧੁੱਪੇ ਬੰਨਦੇ ਗਾਂ, ਇਨਸ਼ਾਅੱਲਾ ਤਾਲਾ ਮੇਰੀ ਹੁੱਲਾ ਨਾ ਕਰੇਗੀ। ਠੀਕ ਹੋ ਗਿਆ। ਚਲੋ ਬੰਨੋ, ਹੁਣੇ ਤੇ ਆਪਾਂ ਰੇਟ ਦੀ ਵੀ ਗੱਲ ਕਰਨੀ ਵੀ ਕੀ ਤੁਸੀਂ ਡਿਮਾਂਡ ਕਰਦੇ ਜੇ ਹੈ। ਲੈ ਚਲੋ, ਬਾਕੀ ਜੀ ਹੁਣ ਮਾਲਕ ਨਾਲ ਇਹਦੇ ਰੇਟ ਦੀ ਕਰਾਂਗੇ ਕੀ ਇਹਦਾ ਰੇਟ ਕਰਦੇ ਨੇ। ਬਾਕੀ ਭਰਾਵਾਂ ਨੂੰ ਵਹਾਉਣ ਵਾਲੀ ਇਨਸ਼ਾਅੱਲਾ ਤਾਲਾ ਤਸੱਲੀ, ਮਾਸ਼ਾਅੱਲਾ ਜਿੰਨਾ ਕੁ ਵੀ ਹੈਗਾ ਸੋਨਾ ਹੀ ਹੈ ਇਨਸ਼ਾਅੱਲਾ। ਬਾਕੀ ਜੀ ਕਦ ਕਾਠ ਗਾਂ ਦਾ ਬੜਾ ਹੈ, ਲਾਮ ਬੜੀ ਹੈ, ਆਰਡਰ ਕੁਆਲਿਟੀ ਬੜਾ ਜ਼ਬਰਦਸਤ ਤਿਆਰ ਕਰ ਰਹੀ ਹੈ। ਬਾਕੀ ਮਾਲਕ ਦਾ ਕਹਿਣਾ ਹੈ ਜੀ ਮਾਸ਼ਾਅੱਲਾ ਆਰਡਰ ਕੁਆਲਿਟੀ ਇੰਨਾ ਤਿਆਰ ਕਰਦੀ ਕਿ ਜਿਹੜਾ ਨਾ ਉੱਠਣੋਂ ਬੈਠਣੋਂ ਮੇਰਾ ਜਾਨਵਰ ਤੰਗ ਹੋ ਜਾਂਦਾ। ਥੱਲੇ ਦਾ ਲਿਬਾਸ ਹਾਲੀ ਵੇਖ ਲਓ ਕਿੰਨੇ ਵੱਧਾ ਰਹਿ ਗਏ ਭਾਈ ਜਾਨ। ਅੱਛਾ ਹਾਂਜੀ, ਪਿੱਛੇ ਵੇਖੋ ਵੀ ਕਿੰਨੇ ਵੱਟ ਨੇ, ਇੱਥੇ ਲੈ ਕੇ ਆਉਣਾ ਛੱਡਾ ਇਹਨੇ। ਅੱਛਾ ਹਾਂਜੀ, ਇਨਸ਼ਾਅੱਲਾ ਪਿਛਲੇ ਵੱਟ ਦੇਖੋ ਕਿੰਨੇ ਨੇ ਗਾਂ, ਠੀਕ ਹੈ ਨਾ, ਇੱਥੇ ਲੈ ਕੇ ਆਵੇਗੀ, ਜਿਤਨੀ ਅੱਗੇ ਹੋਗੀ ਉਨੀ ਪਿੱਛੇ ਹੋਗੀ। ਚਲੋ ਬਾਕੀ ਜਾਨਵਰ ਤੁਹਾਡਾ ਚੰਗਾ, ਜੁਲਾਈ ਦਾ ਮਹੀਨਾ ਹੈ, ਮੇਰਾ ਹੀ ਵੇਖ ਲਓ ਜਾਨਵਰ ਵਹਾਉਂਦਿਆਂ ਵਹਾਉਂਦੇ ਹੀ ਪਸੀਨੇ ਪਸੀਨੀ ਹੋ ਗਏ। ਬਿਲਕੁਲ ਜੀ, ਮੇਰਾ ਹਾਲਾਤ ਹੀ ਵੇਖ ਲਓ ਜੀ। ਤੇ ਮਾਸ਼ਾਅੱਲਾ ਕਰਮਾ ਵਾਲੀ ਨੂੰ ਕੋਈ ਪਰਵਾਹ ਨਹੀਂ ਹੈਗੀ, ਇਨਸ਼ਾਅੱਲਾ ਤਾਲਾ ਇਹ ਸਾਡੀ ਵੀ ਗਰੰਟੀ ਹੈਗੀ। ਅੱਛਾ, ਬਾਕੀ ਅਗਰ ਤੇਰੇ ਕੋਲੋਂ ਕੋਈ ਬੰਦਾ ਗੱਬਣ ਹੀ ਖਰੀਦਦਾਰੀ ਕਰ ਲੈਂਦਾ ਜੀ ਸਰ, ਇਹਦੇ ਥਣਾਂ ਦਾ ਕੋਈ ਡਿਫੈਕਟ, ਕੋਈ ਨਾਲ ਕੋਈ ਛੱਟਾ ਫੁਹਾਰਾ, ਗੱਲ ਸੁਣੋ ਉਧਰ ਵਿੱਚ ਤੁਸੀਂ ਦੱਸੋ ਵੀ ਕੋਈ ਕਿਸੇ ਕਿਸਮ ਦਾ। ਇਸ ਟਾਈਮ ਮੇਰੇ ਸੋਨੇ ਦਾ ਕਰਾਮੇ ਮੇਰੇ ਅੱਲਾ ਤਾਲਾ ਦਾ, ਇਸ ਟਾਈਮ 16 ਅੰਨੇ ਖੜੀ ਹੈ, ਕੋਈ ਥਣਾ ਚ ਵੈਲ ਨਹੀਂ, ਕੋਈ ਗੱਲ ਨਹੀਂ, ਲੇਕਿਨ ਮੇਰੇ ਮਾਲਕ ਦੀ ਜੋ ਮਰਜ਼ੀ ਉਹ ਕਰ ਸਕਦਾ। ਬਿਲਕੁਲ ਜੀ, ਉਹ ਤਾਂ ਵਾਦਾ ਉਲਾ ਸ਼ਰੀਕ। ਹਾਂ, ਵਾਦਾ ਉਲਾ ਸ਼ਰੀਕ, ਉਹਦਾ ਸ਼ਰੀਕ ਨਹੀਂ ਹੈ, ਲੇਕਿਨ ਇਸ ਟਾਈਮ ਮੇਰੀ ਗਾਂ ਨੂੰ ਕੋਈ ਐਬ ਨਹੀਂ, ਕੋਈ ਥਣਾ ਚ ਕੋਈ ਛੱਟਾ ਨਹੀਂ, ਕੋਈ ਫੁਹਾਰਾ ਨਹੀਂ ਹੈ, ਕੋਈ ਛੱਟਾ ਨਹੀਂ, ਕੋਈ ਫੁਹਾਰਾ ਨਹੀਂ, ਕੋਈ ਥਣ ਦਾ ਵਾਧਾ ਘਾਟਾ ਨਹੀਂ ਹੈ। ਹਾਂਜੀ, ਤੇ ਬਾਈ ਜਦੋਂ ਸੂ ਪਵੇ ਮੇਰੇ ਮਾਲਕ ਦੀ ਮਰਜ਼ੀ, 100 ਵਾਧਾ ਘਾਟਾ ਜਾਨਵਰ ਨੂੰ ਹੋ ਜਾਂਦਾ ਹੈ, ਸੂਆਂ ਵੀ ਪੈ ਜਾਂਦਾ ਹੈ, ਬਗੈਰ ਸੂਆਂ ਤੋਂ ਪਹਿਲੇ ਵੀ ਪੈ ਜਾਂਦਾ ਹੈ। ਪਤਾ ਕੀ ਵੀਡੀਓ ਲੰਮੀ ਹੁੰਦੀ, ਤੁਸੀਂ ਮੈਨੂੰ ਇਹ ਦੱਸੋ ਕੀ ਇਹਦੀ ਡਿਮਾਂਡ ਕਰਦੇ ਜੀ? ਡਿਮਾਂਡ ਗਾਂ ਤਾਂ ਮੇਰੀ 3 ਲੱਖ ਦੀ ਕਿ ਮੌਸਮ ਦੇ ਹਿਸਾਬ ਨਾਲ, ਲੇਕਿਨ ਬਾਈ ਜਾਨ ਮੇਰੀ ਗੱਲ ਤਾਂ ਸੁਣੋ, ਸਾਵਣ ਹੈਗਾ 3 ਲੱਖ ਦੀ, ਆਪਾਂ ਗੱਲਾਂ ਸੋਹਣੀਆਂ ਕਰਨੀਆਂ ਨੇ, ਜਿੰਨੇ ਦਾ ਆਪਾਂ ਜਾਨਵਰ ਵੇਚਣਾ ਉਸ ਪਾਸੇ ਆਓ, ਜੇ ਐਵੇਂ ਛਾਲਾ ਮਾਰੀ ਜਾਵਾਂਗੇ ਤਾਂ ਸ਼ੌਕੀ ਉਹ ਵੀਡੀਓ ਬੰਦੇ ਵੇਖ ਕੇ ਤਾਂ ਕਹਿ ਦੇਣਗੇ ਬਸ ਠੀਕ ਹੈ। ਡਿਮਾਂਡ ਕੋਈ ਸੋਹਣੀ ਜੀ ਕਰੋ, ਡਿਮਾਂਡ 2,60,000 ਦੀ ਦੇਵਾਂਗਾ। 2,60,000 ਜੀ, ਬੜੀ ਗੱਲ ਹੈ ਜੀ, ਮਾਸ਼ਾਅੱਲਾ। ਬਾਕੀ ਇਹਦੇ ਵਿੱਚ ਕੋਈ ਪਿਆਰ ਮੁਹੱਬਤ, 2,60,000 ਰੁਪਇਆ ਜਿਹੜਾ ਨਾ ਤੁਸੀਂ ਡਿਮਾਂਡ ਕਰ ਲਈ, ਇਹਦੇ ਵਿੱਚ ਕੀ ਮੁਹੱਬਤ ਕਰੋਗੇ ਦੱਸੋ? ਮੁਹੱਬਤ ਤਾਂ 2,50,000 ਤੋਂ ਕੰਮ ਨਹੀਂ ਦੇਣੀ। 2,50,000 ਤੋਂ ਕੰਮ ਨਹੀਂ ਦੇਣੀ? ਨਹੀਂ ਦੇਣੀ। ਅੱਛਾ, ਜੇ ਲੈ ਕੋਈ ਮੈਂ ਤੁਹਾਨੂੰ ਕੋਈ ਪਿਆਰ ਮੁਹੱਬਤ ਹੋ ਜਾਵੇ ਕਿ ਨਹੀਂ ਹੋਣਾ? ਮੁਹੱਬਤ ਉਹ ਤੇਰੇ ਵਾਸਤੇ ਹੋ ਸਕਦੀ ਹੈ। ਮੇਰੇ ਵਾਸਤੇ ਕੀ ਮੁਹੱਬਤ ਹੈ, ਚੱਲ ਦੱਸ ਦੇ ਯਾਰ, ਤੇਰੀ ਇਹ ਵੀ ਮਿਹਰਬਾਨੀ ਹੈ। 2,45,000 ਦੀ ਦੇਵਾਂਗਾ, ਉੱਥੋਂ ਕਵੇਂ ਤਾਂ 100 ਵੀ ਨਹੀਂ ਛੋੜਾਂਗਾ। ਚਲੋ ਜੀ ਭਾਈ ਜ਼ਫਰ ਜ਼ਿੰਦਾਬਾਦ, ਇਨਸ਼ਾਅੱਲਾ ਤਾਲਾ ਭਾਈ ਹੋਰਾਂ ਦਾ ਜਾਨਵਰ ਵਹਾਤਾ। ਬਾਕੀ ਤੁਹਾਨੂੰ ਕੋਈ ਮੇਰਾ ਭਰਾ ਅਟੈਚ ਹੋ ਕੇ ਬਿਆਨਾ ਕਰਾ ਦੇਵੇ, ਸੂਈ ਤੋਂ ਲੈ ਜਾਵੇ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ? ਕੋਈ ਪ੍ਰੋਬਲਮ ਨਹੀਂ। ਬਾਕੀ ਜੀ ਮਾਲਕ ਕਹਿੰਦਾ ਕੋਈ ਬੰਦਾ ਮੈਨੂੰ ਟੋਕਨ ਕਰਾ ਦੇਵੇ, ਅਗਰ ਮੁਤਮਿਨ ਨਹੀਂ ਹੁੰਦਾ ਤੇ ਜਿਹੜੇ ਦਿਨ ਗਾਂ ਮੇਰੀ ਸੂ ਪਵੇ ਤਸੱਲੀਆਂ ਕਰਕੇ ਲੈ ਜਾਵੇ। ਬਾਕੀ ਇਨਸ਼ਾਅੱਲਾ ਤਾਲਾ ਹਰ ਚੀਜ਼ ਦੀ ਮੇਰੇ ਭਰਾ ਦੀ ਗਰੰਟੀ ਹੈ,
ਅੱਛਾ ਜੀ, ਸਾਡਾ ਰਾਬਤਾ ਨੰਬਰ ਹੈਗਾ ਜੀ 0314-4976-252 0314-4976-252 ਇਹ ਹੀ ਵਟਸਐਪ ਨੰਬਰ ਜੇ, ਇਹ ਲੋਕਲ ਨੰਬਰ ਹੈ। ਅਗਰ ਮੇਰਾ ਕੋਈ ਭਰਾ ਅਟੈਚ ਹੋਵੇ ਭਾਈ ਜ਼ਫਰ ਕੋਲੋਂ, ਇਨਸ਼ਾਅੱਲਾ ਤਾਲਾ ਉਹਨੂੰ ਲੈ ਕੇ ਦਿਆਂਗੇ। ਬਾਕੀ ਮਾਲਕ ਦੀ ਹਰ ਚੀਜ਼ ਦੀ ਗਰੰਟੀ ਹੈ। ਅਤੇ ਬਾਕੀ ਮੂੰਹ ਛੂ ਫੜ ਕੇ ਚੈੱਕ ਕਰਾਇਆ ਜੀ ਜ਼ਰਾ। ਬਾਕੀ ਜੀ ਮਾਸ਼ਾਅੱਲਾ ਵੇਖ ਲਓ ਜੀ, ਮੂੰਹ ਵੀ ਜਵਾਨ ਹੈ ਬਿਲਕੁਲ, ਗਾਂ ਠੀਕ ਹੋ ਗਿਆ ਪੱਟਿਆ ਜੀ, ਬਿਲਕੁਲ ਠੀਕ ਹੈ ਜੀ, ਸਹੀ ਹੋ ਗਿਆ। ਛੱਡ ਦਿਓ ਭਾਈ ਜ਼ਫਰ, ਠੀਕ ਹੈ। ਬਾਕੀ ਮੇਰੇ ਭਰਾ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ 16 ਆਨੇ ਨੇ ਕੰਨ। ਅੱਛਾ ਜੀ, ਅਤੇ ਇਸ ਨਾਲ ਹੀ ਜੀ ਉਕਾੜਾ ਐਨੀਮਲ ਟੀਵੀ ਤੁਹਾਡੇ ਲਈ ਮਿਹਨਤਾਂ ਅਤੇ ਕੋਸ਼ਿਸ਼ਾਂ ਕਰਦਾ ਰਹੇਗਾ ਅਤੇ ਤੁਹਾਨੂੰ ਜਾਨਵਰ ਵਹਾਉਂਦਾ ਰਹੇਗਾ ਇਨਸ਼ਾਅੱਲਾ ਤਾਲਾ। ਬਾਕੀ ਗਾਂ ਦੀ ਲੈਂਥ ਲੰਬਾਈ ਹਰ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਥੱਲੀਆਂ ਨਾਲ ਵਹਾ ਰਿਹਾ, ਖੂਬਸੂਰਤੀ ਹਰ ਚੀਜ਼ ਤੁਹਾਨੂੰ ਵਾਜਾ ਵਹਾਤੀ ਹੈ। ਇਸ ਨਾਲ ਹੀ ਜਨਾਬੇ ਵਾਲੀ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ, ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ। ਫੀ ਅਮਾਨ ਇਲਾ, ਅੱਲਾ ਪਾਕ ਤੁਹਾਨੂੰ ਆਪਦੇ ਹਿਫਜ਼ੋ ਮਾਨ 'ਚ ਰੱਖੇ। ਅੱਲਾ ਹਾਫਿਜ਼।